वाहेगुरु जी का खालसा वाहेगुरु जी की फतेह। फतेह जी फतेह। स्वागत है जी थोड़ा साढ़े चैनल पर। आस करदा सारे चढ़दी कला दे विच होवोगे जी। समा है जी रात दे 1:56 मतलब अजे तो लोग सुते ही है, असी उठ पए हैं। तो असी चले हैं जी सुर सिंह, उत्थे महापुरखों की बरसी मनाई जा रही है। सवेरे 4 का लगभग 4:30 का कीर्तन का टाइम है जी। तो हाजरी है जी अमृत वेले की। तो चलते हैं, तुहानू अपडेटा दें जी। गावे को विद्या विखम विचार, गावे को साज करी तरखे हे, गावे को जी लै फिर देहे, गावे को जापै दिसै दूर, गावे को विखै हादरा हदूर, कथना कथीना आवै तोट, कथ कथ कथी कोटी कोट कोट। असी थोड़ा अगे लंघ आए ते इधर सीगा किते जी। समाप्ति हो गई है जी कीर्तन की। बहुत आनंद आया कीर्तन करके अमृत वेले का समागम। तो हूँ असं निकल चले हैं जी वापसी। तो करते हैं जी दें अपडेट जो कोई होंगी है। तो ये जी कैसा दिन निकला इधर देखो, धुंद आखो कि धुंद है। 18 डिग्री टैंपरेचर, 18 डिग्री टैंपरेचर है। वो भी पिंडा का, शहर के मेरे ख्याल 21 होएगा। हाँ देखो धुंद, ये कैमरे के थोड़ी जी घट आ रही धुंद, उदा हैगी ज़्यादा। हुणे हुणे देख लो, नहीं तो फिर अगले साल ही मिलेगी तुम्हें देखने। अखीरले दिन है धुंद। मीह दसा है दोपहर के ना। अच्छा चलो मीह पै गया तो फिर कंबल कढ़ लांगे। कि गल नाल ही रखा तुम क्या ऑलरेडी नेड़े जी रखियो। हाँ नेड़े ज रखियो कंबल, अज ना दूर करियो भी पता नहीं होंदा बारिश पै जाए तो और कंबल कढ़ने पै जाण। मैं तो उदा भी थोड़ा जा सेंसिटिव जहा होया पिया अजक, निछ तो मेरी वट ते पई हुंदी है। निछ तुसीं वट के मार दिओ। सवेर दे 5 दस्तारा बनिया जा रही। वाहेगुरु जी का खालसा वाहेगुरु जी की फतेह। चलो भाई चलो, क्या बात है। सो जी स्वागत है जी तुहाडा साडे चैनल दे उत्ते जी। ते अज असी जा रहे हैं जी पानीपत। हाँ जी भाजी उत्थे आनंद कारज है जी इसराणा साहब विखे। सुखप्रीत जी कोलों उन्होंने कजन का आनंद कार्ज है जी। तो आप चलते हैं जी, आस करते हैं सारे चढ़दी कला दे हो गए तुसी।
ਸੋ ਆਓ ਅਪਡੇਟਾਂ ਦਿੰਦੇ ਹਾਂ ਜੀ ਤੁਹਾਨੂੰ। ਟਾਇਰ ਪੈਂਚਰ ਹੋ ਗਿਆ ਜੀ ਅਤੇ ਅੱਜ ਵੀ ਇਹਦਾ ਪੈਂਚਰ ਲਵਾਇਆ ਸੀਗਾ ਵਾਰ ਵਾਰ ਹੋ ਜਾਂਦਾ ਇਹ ਟਾਇਰ ਪੈਂਚਰ। ਇਹ ਆਪਣਾ ਹੀ ਕਿੱਟ ਰੱਖਿਆ ਹੋਇਆ ਜੀ ਅਸੀਂ ਸਾਰਾ ज्यादा जोर लग गया बेची पड़ गया ज्यादा ऊपर चढ़ी गए ना पेंचर भाई थोड़ा घट गया चलो कि समान तो साढ़े को है पर पेंचर नहीं लग रहा साढ़े को। लो जी तीजी ट्राई ਰੁਪਈਆ 150 ਲੱਗ ਚੁੱਕਾ ਹੈ ਯਾਰ ਮੇਰਾ ਇੱਕ ਪੈਂਚਰ ਹੁੰਦਾ ਤਿੰਨ ਪੈਂਚਰ ਤੀਸਰਾ ਪੈਂਚਰ ਭਾਜੀ ਵਰਤ ਰਹੇ ਨੇ ਅਤੇ ਦੇਖੋ ਸਮਾਨ ਹੋਣਾ ਜ਼ਰੂਰੀ ਹੈ ਪਰ ਬੰਦੇ ਨੂੰ ਲਗਾਉਣਾ ਆਉਣਾ ਵੀ ਜ਼ਰੂਰੀ ਚਾਹੀਦਾ ਇਹ ਤਾਂ ਹੈ ਸਹੀ ਗੱਲ ਹੈ ਚਲੋ ਕੋਈ ਨਹੀਂ ਅੱਜ ਰਿਆਜ਼ ਹੋ ਰਿਹਾ ਅੱਜ ਰਿਆਜ਼ ਵਾਸਤੇ ਕੰਮ ਕਰਨ ਦੇ ਆਪਾਂ ਟਾਇਰ ਵੀ ਬਦਲ ਸਕਦੇ ਆ ਮਗਰ ਅਸੀਂ ਪੈਂਚਰ ਲਾ ਕੇ ਰਵਾਂਗੇ ਮੈਂ ਟਾਇਰ ਵੀ ਬਦਲਦਾ ਰਿਹਾ ਕੀ ਕਹਿੰਦੇ ਮੈਂ ਟਾਇਰ ਵੀ ਬਦਲਦਾ ਰਿਹਾ ਚਲੋ ਜੀ ਲੱਗ ਗਿਆ ਪੈਂਚਰ ਅਤੇ ਮਾਲਕ ਸੁੱਖ ਰੱਖਣ ਹੁਣ ਕੋਈ ਦਿੱਕਤ ਨਾ ਆਵੇ ਨਹੀਂ ਤਾਂ ਅਸੀਂ ਲੇਟ ਹੋ ਜਾਵਾਂਗੇ ਫਿਰ ਚਲੀਏ ਬਰਫੀ ਕਹਾਂਗੇ ਇਹਨੂੰ ਮੈਂ ਇਹ ਤਾਂ ਲੱਡੂ ਬਰਫੀ ਹੋ ਗਈ ਮੁੰਡਾ ਦੇਖੋ ਕਿੰਨਾ ਖੁਸ਼ ਹੋ ਸੋ ਗੱਲ ਇਹ ਸੀਗੀ ਕਿ ਵਲੌਗ ਦੇਖ ਰਹੀ ਸੀਗੇ ਗੱਡੀ ਦੇ ਵਿੱਚ ਸਿਮਰਨ ਜੀ ਕਹਿ ਰਹੇ ਰਸਤੇ 'ਚੋਂ ਕਹਿੰਦਾ ਯਾਰ ਮਿੱਠਾ ਵੇਖ ਕੇ ਤਾਂ ਨਾ ਮੇਰਾ ਨਾ ਜੀ ਜਿਹਾ ਕਰਨ ਲੱਗ ਪਿਆ ਮਿੱਠਾ ਖਾਣ ਦਾ ਕਰੇਵਿੰਗ ਜਿਹੀ ਹੋਣ ਲੱਗ ਪਈ ਅੰਬਾਲਿਓ ਭਾਅ ਜੀ ਮਿੱਠਾ ਲੈ ਲਈਏ ਥੋੜ੍ਹਾ ਜਿਹਾ ਆਪਾਂ ਰਸਗੁੱਲੇ ਬਹੁਤ ਸਵਾਦ ਅਜੇ ਅੰਬਾਲਾ ਆਉਣ ਵਾਲਾ ਸੀਗਾ ਅਤੇ ਸਿਮਰਨ ਨੇ ਪਹਿਲਾਂ ਹੀ ਔਡਰ ਕਰਤਾ ਕਿ ਮਿੱਠਾ ਲੈਣਾ ਉੱਥੋਂ ਆਪਾਂ ਸਿੰਧੀ ਸਵੀਟਸ ਤੋਂ ਕੈਸੀ ਬਾਤ ਹੈ ਭਾਅ ਜੀ ਵੱਡਾ ਦਰਵਾਜ਼ਾ ਆ ਰਿਹਾ ਘੋੜੇ ਵੀ ਹੈਗੇ ਇਹ ਵੀ ਐਪਲ ਦੇ ਇਹ ਐਪਲ ਦੇ ਲੱਗਦੇ ਨਾਸ਼ਤਾ ਇਜ਼ ਗੋਇੰਗ ਔਨ ਨਾਸ਼ਤਾ ਇਜ਼ ਗੋਇੰਗ ਇਨਸਾਈਡ ਅੱਛਾ ਚਲੋ ਜਿੱਦਾਂ ਮਰਜ਼ੀ ਲਾ ਲਓ ਨਾਸ਼ਤਾ ਹੋ ਰਿਹਾ ਜੀ ਚੱਲੇ ਹਾਂ ਜੀ ਹੁਣ ਕੀਰਤਨ ਅਤੇ ਆਨੰਦ ਕਾਰਜ ਕਰਵਾਵਾਂਗੇ ਜੀ ਮਹਾਰਾਜ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਆਓ ਚੱਲੀਏ ਜੀ ਇੱਕ ਵਾਰ ਫਿਰ ਤੋਂ ਭਾਈ ਗਗਨਦੀਪ ਸਿੰਘ ਜੀ ਦਾ ਕੈਮਰਾ ਹਾਈਜੈਕ ਹੋ ਚੁੱਕਿਆ ਅਤੇ ਹੈਕ ਕਰ ਲਿਆ ਹੋਇਆ ਅਸੀਂ ਮੈਂ ਆਪਣਾ ਗੋਪਰੋ ਤਾਂ ਸੇਲ ਕਰਤਾ ਸੇਲ ਨਹੀਂ ਕਰਦਾ ਮਤਲਬ ਆਸਟ੍ਰੇਲੀਆ ਭੇਜਤਾ ਅਤੇ ਹੁਣ ਭਾਈ ਗਗਨਦੀਪ ਸਿੰਘ ਜੀ ਦੇ ਗੋਪਰੋ ਦੇ ਵਿੱਚ ਬਹੁਤ ਟਾਈਮ ਬਾਅਦ ਵਲੌਗ ਕਰ ਰਿਹਾ ਅਤੇ ਬਾਬਾ ਜੀ ਅੰਦਰ ਕੀਰਤਨ ਕਰ ਰਹੇ ਨੇ ਅਤੇ ਅਸੀਂ ਥੋੜ੍ਹੀ ਦੇਰ ਤੱਕ ਅੰਦਰ ਜਾ ਕੇ ਕਰਾਂਗੇ ਸ਼ੂਟ
ਅੱਜ ਲੋ ਇੱਕ ਹੋਰ ਚਮਚ ਲੋ ਵਾਹ ਕਿੱਦਾਂ ਉਹ ਯਾਰ ਮੈਂ ਕਿਹਾ ਤੁਹਾਨੂੰ ਕਿਹਾ ਸੀਗਾ ਯਾਰ ਇਹ ਤਾਂ ਗੱਲ ਮਾੜੀ ਇੱਕ ਮਿੰਟ ਮੇਰੇ ਵੱਲ ਹੁਣ ਮੈਂ ਕੁਛ ਕਹਿਣਾ ਚਾਹਾਂਗਾ ਮੈਂ ਇਹ ਘੱਟੋ ਘੱਟ ਨਹੀਂ 20 ਮਿੰਟ ਤੁਹਾਡੇ ਕੋਲ ਲੈ ਕੇ ਖੜਿਆ ਨੇ ਉੱਦਾਂ ਤੁਸੀਂ ਵੱਖਰੀ ਗੱਲ ਹੈ ਬਿਜ਼ੀ ਸੀਗੇ ਆ ਮਗਰ ਤੁਹਾਡੇ ਗੋਲ ਗੱਪੇ ਦਾ ਪਾਣੀ ਮਾਇੰਡ 'ਚ ਸੀਗਾ ਤੁਸੀਂ ਉਹ ਮਿੱਠਾ ਛੱਡ ਤੁਸੀਂ ਉਹ ਹੋਰ ਕਰ ਗਏ ਆ ਆਹ ਹਲਵਾ ਬਹੁਤਾ ਹੀ ਸਵਾਦ ਆ ਯਾਰ ਇਹ ਹੁਣ ਭਾਈ ਭਾਈ ਤੁਹਾਨੂੰ ਪਤਾ ਲੱਗਿਆ ਵੀ ਹਾਂ ਕੀ ਸੀਗਾ ਉਹ ਸੁਖਪ੍ਰੀਤ ਜੀ ਮਿੱਠੇ ਪਿੱਛੇ ਐਵੇਂ ਨਹੀਂ ਪੈਂਦਾ ਮੈਂ ਸੁਖਪ੍ਰੀਤ ਜੀ ਗੱਲ ਇਹ ਆ ਵੀ ਇਹ ਹਲਵਾ ਨਾ ਮੈਂ ਪਹਿਲਾਂ ਖਾਧਾ ਨਹੀਂ ਸੀ ਮੈਂ ਥੋੜ੍ਹਾ ਜਿਹਾ ਭਾਅ ਜੀ ਦਾ ਹਾਲੇ ਦੇਣ ਲੱਗਾ ਸੀ ਇਹਨਾਂ ਨੂੰ ਇੱਕ ਪਲੇਟ ਮੈਂ ਉਹ ਤੋਂ ਪਹਿਲਾਂ ਥੋੜ੍ਹਾ ਜਿਹਾ ਨਾ ਲੈ ਲਿਆ ਇੰਨਾ ਸਵਾਦ ਹੁਣ ਮੈਂ ਵਾਪਸ ਜਾਣ ਨੂੰ ਮੇਰਾ ਜੀ ਕਰਨ ਡਿਆ ਪਰ ਮੈਂ ਕਿਹਾ ਚਲੋ ਚੰਗਾ ਇਹ ਨਹੀਂ ਲੱਗਦਾ ਚਲੋ ਕੋਈ ਗੱਲ ਨਹੀਂ ਤੁਹਾਡੇ ਹਿੱਸੇ ਵਾਲਾ ਭਾਅ ਜੀ ਉੱਥੇ ਮੈਂ ਹੀ ਖਾਧਾ ਤੁਸੀਂ ਜਦੋਂ ਨਾ ਕੀਤੀ ਗੱਲ ਮੈਂ ਕਿਹਾ ਲਿਆਓ ਫਿਰ ਮੈਂ ਛਕਾਂ ਯਾਰ ਇੱਕ ਗਲਤ ਗੱਲ ਕਰ ਗਿਆ ਸਿਮਰਨ ਮੈਂ ਭਾਅ ਜੀ ਮੈਂ ਦੇਖੋ ਬਹੁਤ ਜ਼ੋਰ ਲਾਇਆ ਤੁਹਾਨੂੰ ਉਦੋਂ ਚੱਲ ਕੋਈ ਕਹਿੰਦੇ ਨਹੀਂ ਕੋਈ ਨਹੀਂ ਭਰਾਵਾ ਉਸ 'ਚ ਤੁਹਾਡੇ ਮਾਇੰਡ 'ਚ ਸੀਗਾ ਨਾ ਪਾਣੀ ਅੱਜ ਗੋਲ ਗੱਪੇ ਆਉਣਾ ਕੋਈ ਨਹੀਂ ਵੀਰੇ ਤੇਰਾ ਭੱਲਾ ਹੋਵੇ ਭੱਲਾ ਭੱਲਾ ਚਾਟ ਵੀ ਕਹਿੰਦੇ ਨਾਲ ਭੱਲਾ ਚਾਟ ਚਲੋ ਜੀ ਚੱਲੀਏ ਘਰੇ ਵਾਪਸ ਤੁਹਾਨੂੰ ਪਤਾ ਤਾਂ ਦੱਸੋ ਮੈਨੂੰ ਕੋਈ ਸਮਝ ਨਹੀਂ ਆਈ ਇਹ ਬਹੁਤ ਲੰਬਾ ਸਾਰਾ ਪਾਈਪ ਸੀਗਾ ਮੈਨੂੰ ਲੱਗਦਾ ਉਹ ਜਲੰਧਰ ਚੰਨ ਚੱਲੇ ਆਪਣੇ ਪੱਟਿਆਂ ਦਾ ਪਿਆ ਬਹੁਤ ਆਹੋ ਕੁਝ ਨਹੀਂ ਪਤਾ ਜਲੰਧਰ ਹੀ ਚੱਲਾ ਹੋਵੇ ਐਡਾ ਲੰਬਾ ਪਾਈਪ ਘੱਟੋ ਘੱਟ ਨਹੀਂ ਤਾਂ ਮੈਨੂੰ ਤਾਂ ਅੱਧਾ ਕਿਲੋਮੀਟਰ ਦਾ ਪਾਈਪ ਲੱਗਣ ਡਿਆ ਹੈਗਾ ਇਹ ਫਰੂਟ ਲੈਣ ਆਏ ਫਰੂਟ ਖੱਟੇ ਵੱਲ ਨੂੰ ਹੈ ਯਾਰ ਇਹ ਖੱਟੇ ਆ ਵਿੱਚ ਮਿੱਠਾ ਇਹ ਖੰਡੇ ਹੈ ਬੀਜ ਮੇ ਖੱਟੇ ਵੀ ਹੈ ਖੱਟਾ ਆਈਟਮ ਉਹ ਹੈ ਡਰੈਗਨ ਭਾਜੀ ਭਾਵੇਂ ਦੋ ਘਟਾ ਲਓ ਦੋ ਘੱਟ ਦੋ ਦੋ ਹੀ ਹੈ ਅੱਛਾ ਹੈ ਹੀ ਦੋ ਆਹੀ ਹੈ ਡਰੈਗਨ ਫਰੂਟ ਇਹ ਬਹੁਤ ਵਧੀਆ ਫਰੂਟ ਹੈ ਦੇਖੋ ਇਹ ਭਾਜੀ ਅੱਗ ਤਾਂ ਨਹੀਂ ਛੱਡਦਾ ਭਾਜੀ ਕੱਢੋ ਹਾਂ ਮਹਾਰਾਜ ਇਹਨੂੰ ਕਹਿੰਦੇ ਡਰੈਗਨ ਫਰੂਟ ਪਾਈਏ ਇਹ 100 ਰੁਪਏ ਦਾ ਇੱਕ ਹੈ ਅਮਨ 100 ਰੁਪਏ ਦਾ ਇੱਕ ਹੈ ਇਹ ਚਾਈਨਾ ਤੋਂ ਆਉਂਦਾ ਮਹਾਰਾਜ ਇੰਡੀਆ ਦਾ ਨਹੀਂ ਹੈਗਾ ਮਹਾਰਾਜ ਖਾ ਕੇ ਦੇਖੋ ਇਹਨੇ ਨਾ ਸੋਚ ਸੋਚ ਕੇ ਖਾਓ ਚੱਕ ਮਾਰੋ ਵੱਡਾ ਨਾ ਫਿੱਕਾ ਨਾ ਮਿੱਠਾ ਫਿੱਕਾ ਹੀ ਆਵਾ ਹੈ ਨਹੀਂ ਮਿੱਠਾ ਥੋੜ੍ਹਾ ਜਿਹਾ ਕਦੀ ਟੇਸਟ ਨਹੀਂ ਨਾ ਕੀਤਾ ਪਹਿਲਾਂ